ਅਸੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੀਆਂ ਸਾਡੀਆਂ ਗੱਡੀਆਂ ਪਰਮਿਟ ਵਾਲੀਆਂ ਵਾ ਉਹਨਾਂ ਦੇ ਟੈਕਸ ਆਈ ਜਾਂਦੇ ਕਰੀਆਂ ਦੇ ਇੰਸ਼ੋਰੈਂਸ ਆਈ ਜਾਂਦੀਆਂ ਨੇ ਬੱਟੀ ਗੱਡੀਆਂ ਕਿਸ਼ਤਾਂ 'ਤੇ ਆਮ ਜ਼ਿਆਦਾ ਗੱਡੀਆਂ ਕਿਸ਼ਤਾਂ 'ਤੇ ਆ ਜੀ ਉਹਨਾਂ ਗੱਡੀਆਂ ਨੇ ਕਿਸ਼ਤਾਂ ਚੁੱਕੀਆਂ ਹੋਈਆਂ ਨੇ ਸੋ ਸਰਕਾਰ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਸਾਨੂੰ ਬਿਨਾਂ ਵਿਆਜ ਤੋਂ ਕਿਸ਼ਤਾਂ ਦੀ ਛੋੜਤੀ ਜਿੰਨਾ ਚਿਰ ਕਰੋਨਾ ਵਾਇਰਸ ਦਾ ਲੋਕਡਾਊਨ ਨਹੀਂ ਖੁੱਲ੍ਹਦਾ लोन ते लितियां टैक्सियां कारां वालियां दा भी हुण बैंकां ने कीता जीना मुहाल टैक्सियां कारां वाले पिछले डेढ़ महीने तो तकरीबन अपना कारोबार बंद करके घरां दे विच डके होए ने तुसीं सब बखूबी जानदे हो कि लॉकडाउन चलदियां डेढ़ महीने तो उत्ते हो चुकिया है अते सब कारोबार ठप पए ने पर बैंकां वाले लोन ते लितियां होईयां गड्डियां दीआं किश्तां दी लगातार डिमांड कर रहे ने अते कुछ बैंकां ने तां लोन दे चैक भी लगा दित्ते ने जिस तों बाद हुण तरन तारण दी टैक्सी यूनियन ने पंजाब सरकार कैप्टन अमरिंदर सिंह अगे गुहार लाई है कि कर्जे ते लितियां होईयां गड्डियां दीआं किश्तां बिना व्याज तों लितियां जाण क्योंकि लोकां दे घरां दे इस वेले चुल्हे ठंडे हो गए ने तां ओह किश्तां ਕਿੱਥੋਂ ਭਰਨਗੇ ਜੇਕਰ ਉਹ ਕਮਾਉਣ ਵਾਸਤੇ ਘਰੋਂ ਬਾਹਰ ਜਾਂਦੇ ਹੀ ਨਹੀਂ ਤਾਂ ਕਿਸ਼ਤਾਂ ਭਰਨ ਵਾਸਤੇ ਪੈਸਾ ਕਿੱਥੋਂ ਲਿਆਉਣਗੇ ਟੈਕਸੀ ਪੰਜਾਬ ਟੈਕਸੀ ਯੂਨੀਅਨ ਆਪਰੇਟਰ ਯੂਨੀਅਨ 31 ਨੰਬਰ ਦਾ ਡਿਸਟ੍ਰਿਕਟ ਤਰਨ ਤਾਰਨ ਤੋਂ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਿੱਟੂ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿਹੜੀਆਂ ਸਾਡੀਆਂ ਗੱਡੀਆਂ ਪਰਮਿਟ ਵਾਲੀਆਂ ਵਾ ਉਹਨਾਂ ਦੇ ਟੈਕਸ ਆਈ ਜਾਂਦੇ ਖੜੀਆਂ ਦੇ ਇੰਸ਼ੋਰੈਂਸ ਆਈ ਜਾਂਦੀਆਂ ਨੇ ਬਾਕੀ ਗੱਡੀਆਂ ਕਿਸ਼ਤਾਂ 'ਤੇ ਆਮ ਜ਼ਿਆਦਾ ਗੱਡੀਆਂ ਕਿਸ਼ਤਾਂ 'ਤੇ ਆ ਜੀ ਉਹਨਾਂ ਗੱਡੀਆਂ ਦੇ ਕਿਸ਼ਤਾਂ ਟੁੱਟੀਆਂ ਹੋਈਆਂ ਨੇ ਸੋ ਸਰਕਾਰ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਸਾਨੂੰ ਬਿਨਾਂ ਵਿਆਜ ਤੋਂ ਕਿਸ਼ਤਾਂ ਦੀ ਛੋੜਤੀ ਜਿੰਨਾ ਚਿਰ ਕਰੋਨਾ ਵਾਇਰਸ ਦਾ ਲੋਕਡਾਊਨ ਨਹੀਂ ਖੁੱਲ੍ਹਦਾ ਉਹਨਾਂ ਚਿਰ ਤੱਕ ਸਾਨੂੰ ਫਾਈਨੈਂਸਰ ਤੰਗ ਨਾ ਕਰਨ ਕਿਸ਼ਤਾਂ ਨਾ ਮੰਗਣ ਜੀ 50 ਕਾਰਨ ਤੁਹਾਡੀ ਕਿਸ਼ਤਾਂ 3 ਮਹੀਨੇ ਤੱਕ ਛੋੜ ਦਿੱਤੀ ਤੁਹਾਡੇ ਕੋਈ ਕਿਸ਼ਤ ਮੰਗਣ ਕੋਈ ਨਹੀਂ ਆਊਗਾ ਫਾਈਨੈਂਸਰ ਫਿਰ ਵੀ ਆ ਰਹੇ ਨਹੀਂ ਸਾਨੂੰ ਮੈਸੇਜ ਆ ਰਿਹਾ ਜੀ ਕਿਸ਼ਤਾਰੋ ਜੀ ਕਿ ਕਿਸ਼ਤਾਂ ਹੁਣ ਵੇਖੋ ਜੀ ਸਾਡਾ ਕੰਮ ਠੱਪ ਪਿਆ ਕਿਸ਼ਤਾਂ ਕਿੱਥੋਂ ਦਿੱਤੀਆਂ ਜਾਣ ਕਿੰਨੇ ਕੁ ਡਰਾਈਵਰ ਤੁਹਾਡੇ ਜਿਹੜੇ ਤੰਗ ਆ ਰਹੇ ਗੱਡੀਆਂ ਤੋਂ ਸਾਡੇ ਕਮ ਸੇ ਕਮ ਤਕਰੀਬਨ ਹੈਗੇ ਹੀ ਆ ਜੀ ਮਤਲਬ 50% ਜਿਹੜੀਆਂ ਗੱਡੀਆਂ 75% ਤੱਕ ਕਿਸ਼ਤਾਂ ਦੇ ਆ ਜੀ ਜਿਹੜੀਆਂ ਗੱਡੀਆਂ 20-25 ਗੱਡੀਆਂ 100 ਮਗਰ ਜਿਹੜੀਆਂ ਫ੍ਰੀ ਆ ਅਤੇ ਬਾਕੀ ਸਾਰੀਆਂ ਤਕਰੀਬਨ ਕਿਸ਼ਤਾਂ ਦੇ ਜੀ ਓਕੇ ਪਿੰਡ ਦਾ ਤਰਨ ਤਾਰਨ ਪੰਜਾਬ ਟੈਕਸੀ ਯੂਨੀਅਨ ਰਜਿਸਟਰਡ ਨੰਬਰ 31 ਅਸੀਂ ਸਰਕਾਰ ਕੋਲ ਇਹੀ ਮੰਗ ਕਰਦੇ ਹਾਂ ਜੀ ਕਿ ਪੰਜਾਬ ਸਰਕਾਰ ਨੇ ਜੋ ਐਲਾਨ ਕੀਤਾ ਕਿ 3 ਮਹੀਨੇ ਕਰਫਿਊ ਤੱਕ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਕਿਸ਼ਤ ਨਹੀਂ ਸੁਝੂਗਾ ਪਰ ਫਿਰ ਵੀ ਉਹਦੇ ਬਾਵਜੂਦ ਜੋ ਸਾਨੂੰ ਬੈਂਕਾਂ ਤੋਂ ਫੋਨ ਆ ਰਹੇ ਮੈਸੇਜ ਆ ਰਹੇ ਆ ਕਿ ਤੁਹਾਡੇ ਕੋਲ ਕਿਸ਼ਤ ਲਈ ਜਾਊਗੀ ਪਰ ਲਈ ਵੀ ਵਿਆਜ ਦੇ ਨਾਲ ਜਾਊਗੀ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਜੀ ਕਿ ਜੋ ਵੀ ਤੁਸੀਂ ਅੱਡ ਕਰਨਾ ਜੀ ਬੈਂਕਾਂ ਨੂੰ ਕਰੋ ਅਤੇ ਘੱਟ ਤੋਂ ਘੱਟ 1 ਸਾਲ ਅੱਗੇ ਪਾਈਆਂ ਜਾਣ ਤਾਂ ਕਿ ਜਦੋਂ ਸਾਡਾ ਕੰਮ ਚੱਲੇ ਉਦੋਂ ਅਸੀਂ ਕਿਸ਼ਤ ਦੇ ਸਕੀਏ Thank you.
ਗੁਰਬਾਣੀ ਖੰਡ ਮਣੀ ਵਾਸਤੇ ਤਰਨ ਤਾਰਨ ਸਾਹਿਬ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ।